वेलकम टू खन्ना न्यूज़ लाइव। स्मार्ट राशन कार्ड स्कीम तहत एक राष्ट्र एक राशन कार्ड सेवा नूं लागू करते हुए पंजाब सरकार वल्लों पंजाब भर में स्मार्ट राशन कार्डां नूं वंडन की प्रक्रिया शुरू कर दी गई। चंडीगढ़ में इस सेवा की शुरुआत कैप्टन अमरिंदर सिंह मुख्यमंत्री पंजाब वल्लों की गई, जबकि सूबा भर में जिला पद्धरी समागम दौरान मंत्री साहबान अते लोकल MLA वल्लों इन्हां स्मार्ट राशन कार्डां नूं वंडन की शुरुआत की गई। जिला रूपनगर विच स्मार्ट राशन कार्ड योजना नूं लॉन्च करन लई राणा KP सिंह वल्लों समागम की प्रधानगी की गई। स्मार्ट राशन कार्ड योजना नूं लॉन्च किए जाने तों बाद राणा KP सिंह ने दस्या कि हुण इस नवी योजना तहत लाभपात्री पंजाब दे किसे भी जिले जां देश दे किसे भी सूबे विच स्थित डिपू तों अपना बनता अनाज का कोटा लै सकणगे। ਇਹਦੇ ਵਿੱਚ ਕੋਈ ਉਹ ਨਹੀਂ ਹੈਗਾ, ਲੋਕਲ ਰਾਸ਼ਨ ਸਾਰਿਆਂ ਨੂੰ ਬਰਾਬਰ ਜਾ ਰਿਹਾ, ਲੇਕਿਨ ਇਹਦੇ 'ਚ ਕਮੀ ਇਹੀ ਹੈ ਵੀ ਜਦੋਂ ਹੁਣ ਅਸੀਂ ਇੱਕ ਮਸ਼ੀਨ ਵਿੱਚ ਸਾਡੇ ਜਿੰਨੇ ਵੀ ਸਾਡਾ ਐਲੋਕੇਸ਼ਨ ਬਣਦੀ ਆ ਵੀ ਅਸੀਂ 225 ਕੁਇੰਟਲ ਸਾਨੂੰ ਕਣਕ ਮਿਲਦੀ ਆ, ਜਦੋਂ ਹੁਣ ਸਾਡੀ ਇਹਦੇ 'ਚ ਪੈ ਗਏ ਤਾਂ ਉਹ ਦੂਜਾ ਬੰਦੇ ਨੇ ਪਰਚੀ ਕੱਟ ਦੀ ਪੈਸੇ ਅਸੀਂ ਜਮ੍ਹਾਂ ਕਰਾ ਰਹੇ ਹਾਂ 225 ਦੇ, ਅਤੇ ਦੂਜੇ ਬੰਦੇ ਨੇ ਪਰਚੀ ਕੱਟ ਦੀ, ਸਾਨੂੰ ਤਾਂ ਉਹਦੇ 'ਚ ਘਾਟਾ ਪੈ ਜਾਣਾ ਜੀ। ਸਾਡੇ ਜਿਹੜੇ ਉਹਦੇ ਨਾਲ ਪੈਸੇ ਸਾਡੀ ਕਮਿਸ਼ਨ ਆ ਉਹ ਦੂਜੇ ਬੰਦੇ ਨੂੰ ਚਲੇ ਜਾਂਦੇ। ਅੱਛਾ, ਲੈ ਰਹੇ ਸੀ ਉਹ ਬਹੁਤ ਵਧੀਆ ਸੀ, ਕੋਈ ਇੰਨਾ ਉਹਦੇ 'ਚ ਉਹ ਨਹੀਂ ਰਹੇਗਾ, ਕੋਈ ਡਿਪੂ ਹੋਲਡਰ ਨਹੀਂ ਤਾਂ ਉਹਦੇ 'ਚ ਸਾਰਾ ਜਿੰਨੇ ਬੰਦਿਆਂ ਦਾ ਰਾਸ਼ਨ ਆਉਂਦਾ ਸੀ ਉਹ ਉਹਨੇ ਆਪਣੇ ਲੈ ਜਾਣਾ, ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਸੀ ਕਿਸੇ ਨੂੰ। ਜਿਹੜਾ ਹੁਣ ਇੱਕ ਸਮਾਰਟ ਕਾਰਡ ਵਾਲਾ, ਇਹ ਕੋਈ ਵੀ ਬੰਦੇ ਜਾ ਕੇ ਸਾਡਾ ਰਾਸ਼ਨ ਕੋਈ ਹੋਰ ਬੰਦਾ ਦੂਜੇ ਡਿਪੂ 'ਤੇ ਜਾ ਕੇ ਲੈ ਲੂੰਗਾ, ਅਤੇ ਜਿਹੜੀ ਸਾਡੀ ਕਮਿਸ਼ਨ 25 ਪੈਸੇ ਆਉਣੀ ਹੈ ਸਾਨੂੰ ਉਹ ਸਾਡੀ ਖਾਤੇ। ਜਦੋਂ ਸਾਡਾ ਇੱਕ ਡਿਪੂ ਹੋਲਡਰ 'ਤੇ ਸਟਾਫ ਨਿਕਲ ਜਾਣਾ ਬਾਕੀ, ਅਤੇ ਉਹਦੇ ਵਿੱਚ ਜਿਹੜੇ ਉਹਦੇ ਆਪਣੇ ਬੰਦੇ ਉਹ ਰਹਿ ਜਾਣੇ। ਅੱਜ ਕੱਲ੍ਹ ਖੜਦਾ ਕੋਈ ਨਹੀਂ, ਜਦੋਂ ਇਹ ਮਸ਼ੀਨ ਆਉਂਦੀ ਹੈ ਨਾ ਇੱਕ ਵਾਰ ਮਾੜਾ ਜਿਹਾ ਕਹਿ ਦਿਓ ਵੀ ਪਰਚੀ ਕੱਟਣੀ ਆ, ਸਾਰਾ ਪਿੰਡ ਉਸੇ ਟਾਈਮ ਇਕੱਠਾ ਹੋ ਗਿਆ। ਇੱਕ ਦੂਸਰੇ ਜਗ੍ਹਾ 'ਤੇ ਕਾਰਡ ਕਰੋ ਪਰਚੀ ਕਟਾਉਂਦਾ ਸੀ ਆਪਣਾ ਕਾਰਡ ਹੋਲਡਰ, ਅਤੇ ਰਾਸ਼ਨ ਦੂਸਰੇ ਦਾ ਕੱਟ ਹੋ ਜਾਣਾ ਜੀ, ਨੁਕਸਾਨ ਪੈਸੇ ਕੋਈ ਜਮ੍ਹਾਂ ਕਰਾ ਰਿਹਾ, ਕਾਰਡ ਜਿਹੜਾ ਦੂਰੇ ਸੌਂਦੇ ਚੱਕ ਹੋ ਜਾਣਾ। ਸਭ ਤੋਂ ਬੜੀ ਕਮੀ ਇਹੀ ਹੈ ਜੀ, ਦੋਨੋਂ ਪਾਸੇ ਨਕਸ ਇੱਕ ਪਾਸੇ ਦੋ ਜਿਹਨੇ ਚੁਕਾਉਣੇ ਗਾ ਨੂੰ ਹੋਰ ਵੀ ਨੁਕਸਾਨ, ਉਹਦੇ ਕੋਲ ਕਣਕ ਚੱਕ ਹੋ ਜਾਣੀ, ਦੋ ਡੇਢ ਦੋ ਰੁਪਏ ਪੱਲੇ ਪੈਣੇ, ਇਹ ਬਹੁਤ ਸਭ ਤੋਂ ਬੜੀ ਇਹ ਦੂਰ ਕਰਨੀ ਚਾਹੀਦੀ। ਬਿਲਕੁਲ, ਹੋਰ ਮਸ਼ੀਨਾਂ ਜਾਂ ਤਾਂ ਇਕੱਲੇ ਇਕੱਲੇ ਇੱਕ ਡਿਪੂ ਹੋਲਡਰ ਕੋਲ ਅਲੱਗ ਅਲੱਗ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਪਣੀ ਪਰਚੀ ਜੋ ਹਿਸਾਬ ਦੇ ਨਾਲ ਕੱਟ ਸਕੇ। ਜੇ ਇੱਕ ਮਸ਼ੀਨ ਆ ਤਾਂ ਮੰਨੋ ਰੋਪੜ ਦੇ ਵਿੱਚ ਸਾਡੇ 4 ਮਸ਼ੀਨਾਂ ਹੈਗੀਆਂ ਜੀ, 4 ਮਸ਼ੀਨਾਂ ਕਿਹੜੇ ਕਿਹੜੇ ਡਿਪੂ ਪਰ ਜਾਊਗੀ, ਜਿੱਥੇ ਪਹਿਲਾਂ ਚੱਲ ਗਈ ਉੱਥੇ ਪਹਿਲਾਂ ਪਰਚੇ ਕੱਟ ਹੋ ਜਾਣੇ ਜੀ, ਉਹ ਦੂਸਰੇ ਡਿਪੂ ਹੋਲਡਰ ਦਾ ਖਾਤਾ ਜਿਹੜਾ ਉਹ ਦੂਸਰੇ ਡਿਪੂ ਹੋਲਡਰ ਨੇ ਮਤਲਬ ਕਿ ਜਿਹੜਾ ਅਨਾਜ ਦੀ ਵੰਡ ਆ ਉਹ ਪਤਾ ਨਹੀਂ ਲੱਗਣੀ, ਇਸ ਹਿਸਾਬ ਨਾਲ ਹੋਣੀ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਇਸ ਜਿਹੜੇ ਸ਼ੁਰੂ ਕਰੀ ਹੈ ਸਕੀਮ, ਇਹ ਤਾਂ ਚਲੋ ਬਾਅਦ ਵਿੱਚ ਖਾਮੀਆਂ ਇੱਦਾਂ ਹੈਗੀਆਂ ਜੀ, ਖਾਮੀ ਇਹ ਤਾਂ ਇਕੱਲੇ ਇਕੱਲੇ ਡਿਪੂ ਹੋਲਡਰ ਕੋਲ ਮਸ਼ੀਨ ਹੋਣੀ ਚਾਹੀਦੀ ਹੈ, ਅਤੇ ਉਸਦਾ ਜਿਹੜਾ ਸਿਸਟਮ ਹੈ ਮਹਿਕਮੇ ਨੂੰ ਆਪਣੇ ਹਿਸਾਬ ਨਾਲ ਜਿੱਦਾਂ ਵੀ ਹੈਗਾ ਉਹ ਬਣਾਉਣਾ ਚਾਹੀਦਾ ਹੈਗਾ। ਪਰ ਅਸੀਂ ਇਹ ਮੰਨਦੇ ਹੈਗੇ ਆ ਜਿਹੜਾ ਮਸ਼ੀਨਾਂ ਦੀ ਘਾਟ ਹੈ ਇਹ ਸਭ ਨਾਲ ਬੜੀ ਕਮੀ ਆ, ਜਿਹੜੀ ਇਹ ਮਸ਼ੀਨ ਆ ਇਹ ਡਿਪੂ ਵਾਈਜ਼ ਜਿਸ ਤਰ੍ਹਾਂ ਵੀ ਕਾਊਂਟਿੰਗ ਹੋਣੀ ਚਾਹੀਦੀ ਹੈ ਉਸ ਤਰ੍ਹਾਂ ਹੋਵੇ, ਤਾਂ ਕਿ ਪਰਚੀ ਸਹੀ ਔਰ ਸਹੀ ਬੰਦੇ ਨੂੰ ਔਰ ਸਹੀ ਟਾਈਮ 'ਤੇ ਕੱਟ ਹੋਵੇ, ਨਾ ਕਿ ਦੂਸਰੇ ਡਿਪੂ ਹੋਲਡਰ ਦੀ ਪਰਚੀ ਕੋਈ ਦੂਸਰੇ ਡਿਪੂ ਹੋਲਡਰ 'ਤੇ ਕੱਟ ਹੋਵੇ, ਪੈਸੇ ਜਿਸ ਦੇ ਜਮ੍ਹਾਂ ਹੁੰਦੇ ਹਨ ਅਤੇ ਪੈਸਾ ਪਰਚੀ ਕੋਈ ਹੋਰ ਕੱਢਦਾ ਹੈ। ਦੇਖੋ, ਮੈਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਆਪਣੇ ਫੂਡ ਮਿਨਿਸਟਰ ਆਸ਼ੂ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਅੱਜ ਸੂਬੇ ਦੇ ਅੰਦਰ ਸਮਾਰਟ ਕਾਰਡ ਲਾਂਚ ਹੋ ਗਿਆ, ਅਤੇ ਸਮਾਰਟ ਕਾਰਡ ਦੀ ਵਿਵਸਥਾ ਔਨਲਾਈਨ ਕੀਤੀ ਗਈ ਹੈ। ਜਿਹੜਾ ਵੀ ਯੋਗ ਬੰਦਾ ਜਿਹਦੇ ਕੋਲ ਸਮਾਰਟ ਕਾਰਡ ਹੋਏਗਾ ਉਹ ਸੂਬੇ ਦੇ ਅੰਦਰ ਦੇਸ਼ ਦੇ ਅੰਦਰ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਤਹਿਤ ਕਿਸੇ ਵੀ ਡਿਪੂ ਤੋਂ ਰਾਸ਼ਨ ਲੈ ਸਕੇ। ਇਹਦੇ 'ਚ ਜਿਹੜਾ ਇਲਜ਼ਾਮ ਲੱਗਦਾ ਸੀ ਫਰਜ਼ੀਵਾੜੇ ਦਾ ਕਿ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਮਿਲਦਾ ਨਹੀਂ ਸੀ, ਲੋਕਾਂ ਦਾ ਇਲਜ਼ਾਮ ਸੀ ਕਿ ਡਿਪੂ ਵਾਲੇ ਝੂਠੀਆਂ ਐਂਟਰੀਆਂ ਕਰ ਲੈਂਦੇ ਆ ਉਹ ਮੁੱਢੋਂ ਖਤਮ ਹੋ ਜਾਏਗਾ। ਬਹੁਤ ਵੱਡਾ ਇੱਕ ਟ੍ਰਾਂਸਪੇਰੈਂਟ ਸਿਸਟਮ ਫੂਡ ਡਿਸਟ੍ਰੀਬਿਊਸ਼ਨ 'ਚ ਹੋ ਜਾਏਗਾ। ਅੱਜ ਤੋਂ ਇੱਕ ਨਵਾਂ ਇਨਕਲਾਬ ਹੈ, ਇੱਕ ਨਵਾਂ ਰੈਵੋਲਿਊਸ਼ਨ ਹੈ PDS ਸਿਸਟਮ ਦੇ ਤਹਿਤ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਤਹਿਤ
कि हर बेनीफिशियरी कितने कोई दिक्कत नहीं आएगी। फर्जीवाड़े की कुछ घोटाले जो पहला हुए सामने भी आ रहे हैं, अभी भी लोगों ने प्रेस कॉन्फ्रेंस हुई है तो इन्होंने उत्ते भी सरकार कार्रवाई। बिल्कुल बिल्कुल, मैं सरकार का हिस्सा तो नहीं है, लेकिन मैं सरकार से इस गल वास्ते जरूर जोर पाऊंगा कि जे किधर फर्जीवाड़े दियां शिकायतां आईयां है उन्हां दी इनक्वायरी भी होवे और उन्हां नूं प्रॉपर सज़ा भी मिले। देखो इसते आसान क्या होनी है कि वह किसी भी डिपू पर जा के शायद 10 डिपू है, कई बार हों एक डिपू से समान मिलता दूजे से मिलता नहीं, थोड़े को राशन कार्ड है सॉरी स्मार्ट कार्ड है, तुम शहर के किसी डिपू पर चले जाओ तुम अपना समान ले सकते। और जोड़ा इन्होंने फर्जीवाड़े की गल की है, ये ठीक है बहुत जगह डिपू होल्डर क्या करते कि लोगों की एंट्री पा देंगे कि फला आदमी अपना राशन ले गया, लेकिन एक्चुअल जो लैके नहीं गया होंगे फर्जी वो एंट्री करते। इस कार्ड के नाल वो जो फर्जी एंट्रियां सी वो जो फर्जी वाड़ा सी वो मुद्दों खत्म हो जाए। राशन वास्ते बनिया राशन वास्ते पर क्योंकि थोड़ी आइडेंटिटी का प्रूफ है, मेरी गल थोड़ी आइडेंटिटी का प्रूफ है, ड्राइविंग लाइसेंस है थोड़ी आइडेंटिटी का प्रूफ है, पासपोर्ट है थोड़ी आइडेंटिटी का प्रूफ है, आर्म्ड लाइसेंस है थोड़ी आइडेंटिटी का प्रूफ है। आइडेंटिटी कार्ड खसूसी महकमे वालों खसूसी मुलाजमान अपने लोगों दते जाते हैं, वह प्रोपर आइडेंटिटी कार्ड होंगे, नाम बेशक आइडेंटिटी कार्ड नहीं है लेकिन थोड़ी पहचान वास्ते इस्तेमाल हो सकता है। राशन कार्ड शुरू तो आइडेंटिटी कार्ड ये उधर ना बैठ रहा है की उधर वो डिपो हाँ उन्हें नो हद तक करती हैं ट्रेनिंग वगैरह नहीं वो ना जड़ी मशीन है कि वो ना नो इंफ्रास्ट्रक्चर दे देता गया वो जड़ा है का सिस्टम वो सारा सरकार प्रोवाइड करेगी या डिपो वो सारा जड़ा इंफ्रास्ट्रक्चर है गवर्नमेंट प्रोवाइड कर सारा इंफ्रास्ट्रक्चर। स्पीकर सर कोई सीमा हैगी कि कोई जो लाभपात्री है वो राशन लेने लिए कितने तक जा सकता अपने महल जो डिपू होल्डर ने किवें मैनेज करेंगे सपोज कर लो एक 200 कार्ड से 500 बंदा आ जाएगा सपोज कर राशन कर लेंगे क्योंकि सारा कुछ उन्होंने स्टॉक होगा देंगे और ऑनलाइन एंट्री करेंगे। रूपनगर तो जतेंद्र पाल सिंह कलेयर की खास रिपोर्ट।